ਸ਼ਸ਼ੀਗਰ ਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਆਸ਼ਾ ਕਰਦਾ ਤੁਸੀਂ ਸਾਰੇ ਤੰਦ ਦੋਸਤ ਹੋਵੋਗੇ ਦੋਸਤੋ ਹਾਂਜੀ ਪਿਆਰੇ ਦੋਸਤੋ ਗੱਲ ਕਰਾਂਗੇ ਅੱਜ ਦੀ ਆਪਾਂ ਭਰਤੀ ਦੇ ਬਾਰੇ ਜੋ ਕਿ ਤੁਹਾਡੇ ਲਈ ਲੈ ਕੇ ਆਇਆ ਹਾਜ਼ਰ ਹੋਏ ਹਾਂਗੇ ਦੋਸਤੋ ਗੱਲ ਸਭ ਤੋਂ ਪਹਿਲਾਂ ਤੁਹਾਨੂੰ ਕਰਦਾਂਗੇ ਕਿ ਤੁਸੀਂ ਸਰਕਾਰੀ ਪੋਸਟਾਂ ਦੀ ਕੁਝ ਸਰਚ ਕਰ ਲਿਆ ਕਰੋ ਵੈਬਸਾਈਟ ਜਿੱਤੇ ਵਿੱਚ ਤੁਹਾਡੇ ਲਈ ਅਸੀਂ ਡੇਲੀ ਪੋਸਟਾਂ ਦੀ ਜਾਣਕਾਰੀ ਲੈ ਕੇ ਆਉਂਦੇ ਹਾਂ ਇਸ ਦੇ ਤੁਹਾਨੂੰ ਹਰ ਇੱਕ ਪੋਸਟ ਦੀ ਜਾਣਕਾਰੀ ਮਿਲ ਜਾਇਆ ਕਰੋ ਜਿਵੇਂ ਕੋਈ ਲੇਟੈਸਟ ਵੈਕੈਂਸੀ ਆਉਂਦੀ ਹੈ ਜੀ ਉਹ ਦੇ ਸਕਦੇ ਹਾਂ ਐਡਮਿਟ ਕਾਰਡ ਦੇ ਸਿੱਧਾ ਰਿਜ਼ਲਟ ਦੇ ਸਕਦੇ ਹੋਗੇ ਠੀਕ ਹੈ ਜੀ ਸਰਕਾਰੀ ਪੋਸਟਾਂ ਨੇ ਤੁਸੀਂ ਕੀ ਹੈ ਸਰਚ ਕਰ ਸਕਦੇ ਹੋ ਗੂਗਲ 'ਚ ਜੀ ਇਸ ਨੂੰ ਵੀ ਦੇਖ ਲਓ ਧਿਆਨ ਨਾਲ ਤੇ ਉਸ ਤੋਂ ਬਾਅਦ ਹੀ ਗੱਲ ਕਰਾਂਗੇ ਜੋ ਫਿਰੋਜ਼ਪੁਰ ਦੇ ਵਿੱਚ ਕੀ ਹੈ ਕੋਰਟ ਦੇ ਵਿੱਚ ਵੈਕੈਂਸੀਆਂ ਨਿਕਲੀਆਂ ਸੀ ਜੀ ਪੀਐਨ ਤੇ ਪ੍ਰੋਸੈਸਰ ਵਰਦੀਆਂ ਠੀਕ ਹੈ ਜੀ ਉਹਦੇ ਇੰਟਰਵਿਊ ਤੇ ਬਾਰੇ ਤੇ ਉਸ ਰੋਲ ਨੰਬਰ ਬਾਰੇ ਗੱਲ ਕਰਦੇ ਆਂ ਤਾਂ ਹਫਤਵਾਰਾ ਐਡਮਿਟ ਕਾਰਡ ਕਰ ਤੇ ਕਲਿੱਕ ਕਰਕੇ ਜੀ ਫਿਰੋਜ਼ਪੁਰ ਜੋ ਪੀਐਨ ਕੋਡ ਦੇ ਰੋਲ ਨੰਬਰ ਨੇ ਉਹ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਤੁਸੀਂ ਦੇਖੋਗੇ ਜੋ ਕਿ ਇਹਨਾਂ ਦੇ ਰੋਲ ਨੰਬਰ ਆ ਚੁੱਕੇ ਨੇ ਠੀਕ ਹੈ ਜੀ ਤੇ ਇਸ ਦੀ ਜਿਹੜੀ ਭਰਤੀ ਯਾਨੀ ਕਿ ਫਾਰਮ ਭਰਨ ਲੱਗੇ ਸੀ ਜੀ ਇਹ ਹੋਇਸੀ ਸਟਾਰਟ 28 12 22 ਤੋਂ ਤੇ ਲਾਡ ਡੇਟ ਹੈਗੀ ਸੀ ਜਿਹੜੀ 14 ਦੋ ਤੋਂ ਤੇ ਜਿਹੜੀ ਇੰਟਰਵਿਊ ਹੈ ਜੀ 22 ਤੋਂ ਲੈ ਕੇ 25 ਦੇ ਵਿੱਚ ਕੇ ਚੱਲ ਰਹੀ ਹੈ ਯਾਨੀ ਕਿ ਅੱਜ ਤੋਂ ਦੀ ਇੰਟਰਵਿਊ ਸਟਾਰਟ ਹੋ ਚੁੱਕੀ ਹੈ 25 ਤੱਕ ਇਹਦੀ ਇੰਟਰਵਿਊ ਚੱਲੂਗੀ ਠੀਕ ਹੈ ਜੀ ਹੁਣ ਆਪਾਂ ਚੱਲਦੇ ਅੱਗੇ ਜੀ ਜਿਸ ਦੇ ਵਿੱਚ ਕੀ ਆ ਪ੍ਰੋਸੈਸਰ ਵੱਲੇ 8 10ਵੀਂ ਪਾਸ ਮੰਗੀ ਸੀ ਜੀ ਤੇ ਪੀਐਨ ਦੇ ਔਫੀਸਰ ਲਈ 8ਵੀਂ ਪਾਸ ਮੰਗੀ ਸੀ ਇਹ ਸੀ ਪੜ੍ਹਾਈ ਚਲੋ ਆਪਾਂ ਗੱਲ ਕਰਾਂਗੇ ਦੋਸਤੋ ਇੰਟਰਵਿਊ ਦੀ ਤਾਂ उस तो बाद देखोंगे नीचे लिस्टा ने जी सोलोन करा आप मिनट उसमें दिखा रिफ्रैश कर देंगे कई बार नैटवर्क सर्व इशू करके प्रॉब्लम आ जाती है तो दोस्तों इतें कि कर देना इतने की ऑफिशियल वैबसाइट पर विजिट कर लेना जी ठीक है ਦੇ ਇਥੇ ਆਪਾਂ ਦੇਖਾਂਗੇ ਦੋਸਤੋ ਅਫੀਸ਼ਲ ਵੈਬਸਾਈਟ ਤੇ ਆਗੇ ਇਹ ਫਰੂਜ਼ਪੁਰ ਕੋਟ ਦੀ ਹੈ ਜੀ ਉਸ ਤੋਂ ਬਾਅਦ ਆਪਾਂ ਇਥੇ ਰਿਕਰੂਟਮੈਂਟ ਜੋ ਸੈਕਸ਼ਨ ਬਣਾਇਆ ਹੋਇਆ ਹੈ ਉਸ ਤੇ ਕਲਿੱਕ ਕਰਾਂਗੇ ਜੀ ਉਸ ਤੋਂ ਬਾਅਦ ਤੁਸੀਂ ਧਿਆਨ ਨਾਲ ਦੇਖੋਗੇ ਕਿ ਇੱਥੇ ਜਿਹੜੀਆਂ ਲਿਸਟਾਂ ਕਈ ਨੇ ਜੀ ਜਿਸ ਦੇ ਵਿੱਚ ਕੀ ਹੈ ਨੰਬਰ ਪਹਿਲੀ ਲਿਸਟ ਦੇ ਵਿੱਚ ਲਿਖਿਆ ਹੋਇਆ ਹੈ ਰਿਜੈਕਟ ਕੈਂਡੀਡੇਟ ਫਾਰ ਦਾ ਪੋਸਟ ਕਲਾਸ 4 ਯਾਨੀ ਕਿ ਉਹ ਕੈਂਡੀਡੇਟਾਂ ਦੀ ਲਿਸਟ ਹੈ ਦੇ ਵਿੱਚ ਜਿਨ੍ਹਾਂ ਦੇ ਯਾਨੀ ਕਿ ਫਾਰਮ ਜਿਹੜੇ ਰਿਜੈਕਟ ਕੀਤੇ ਗਏ ਨੇ ਜਿਹੜੀ ਸਵੀਕਾਰ ਨਹੀਂ ਕੀਤੇ ਗਏ ਜੇ ਕਿਸੇ ਵਜ੍ਹਾ ਕਰਕੇ ਲੇਟ ਪਹੁੰਚੇ ਨੇ ਜਾਂ ਕੋਈ ਕਮੀ ਸੀ ਉਹਨਾਂ ਦੇ ਵਿੱਚ ਭਰਨ ਉਸ ਤੋਂ ਬਾਅਦ ਸੈਕੰਡ ਲਿਸਟ 'ਚ ਉਹ ਨੇ ਉਹ ਕੈਂਡੀਡੇਟਾਂ ਦੇ ਫਾਰਮ ਰਿਜੈਕਟ ਕੀਤੇ ਕਿਹਨੇ ਜਿਨ੍ਹਾਂ ਨੇ ਪ੍ਰੋਸੈਸ ਸਰਵਰ ਦੀ ਵੈਕੈਂਸੀ ਲਈ ਅਪਲਾਈ ਕੀਤਾ ਹੋਇਆ ਸੀਗਾ ਠੀਕ ਹੈ ਜੀ ਤੀਜੀ ਲਿਸਟ 'ਚ ਉਹ ਨੇ ਜੋ ਕੈਂਡੀਡੇਟ ਯਾਨੀ ਕਿ ਐਲੀਜੀਬਲ ਨੇ ਉਹਨਾਂ ਦੇ ਫਾਰਮ ਬਿਲਕੁਲ ਸਹੀ ਨੇ ਠੀਕ ਹੈ ਜੀ ਉਹਨਾਂ ਦੀ ਲਿਸਟ ਆ ਹੈਗੀ ਆ ਵੀ ਜਿਹੜੇ ਇੰਟਰਵਿਊ 'ਚ ਭਾਗ ਲੈ ਸਕਦੇ ਨੇ ਇੰਟਰਵਿਊ ਦੇਖ ਸਕਦੇ ਨੇ ਉਸ ਤੋਂ ਬਾਅਦ ਗੱਲ ਕਰਦੇ ਆ ਚੌਥੀ ਲਿਸਟ ਤੋ ਤੁਸੀਂ ਜੀ ਦੋਸਤੋ ਉਹਨਾਂ ਕੈਂਡੀਡੇਟਾਂ ਜਿਨ੍ਹਾਂ ਨੇ ਪ੍ਰੋਸੈਸਰ ਵਰ ਲਈ ਅਪਲਾਈ ਕੀਤਾ ਜਾਨੀ ਕੀ ਤੁਹਾਨੂੰ ਮੈਂ ਦੱਸ ਦਿਆਂ ਦੋਸਤੋ ਜਿਹੜੀਆਂ ਪਹਿਲੀਆਂ ਦੋ ਲਿਸਟਾਂ ਨੇ ਇਹ ਤਾਂ ਰਿਜੈਕਟ ਕੈਂਡੀਡੇਟਾਂ ਦੇ ਨੇ ਜਿਨ੍ਹਾਂ ਦੇ ਕੋਈ ਕਮੀ ਸੀਗੀ ਜਾਂ ਫਾਰਮ ਲੇਟ ਪਹੁੰਚੇ ਨੇ ਜਾਂ ਕੋਈ ਦੁਰਸਤੀ ਸੀ ਫਾਰਮ ਦੇ ਵਿੱਚ ਠੀਕ ਆ ਉਹ ਫਾਰਮ ਨੇ ਚਨ ਕਿ ਦੋ ਤੀਜੀ ਚੌਥੀ ਲਿਸਟ ਉਹ ਆਗੀ ਜਿਹੜੇ ਤੁਹਾਡੇ ਰੋਲ ਨੰਬਰ ਨੇ ਜਨ ਕੀ ਜਿਹੜੇ ਕੈਂਡੀਡੇਟ ਦਾ ਫਾਰਮ ਬਿਲਕੁਲ ਸਹੀ ਪਹੁੰਚੇ ਨੇ ਬਿਲਕੁਲ ਸਹੀ ਆ ਟਾਈਮ ਤੇ ਪਹੁੰਚ ਗਏ ਠੀਕ ਆ ਜੀ ਕੋਈ ਕਮੀ ਨਹੀਂ ਉਹਨਾਂ ਦੇ ਰੋਲ ਨੰਬਰ ਆ ਚੁੱਕੇ ਨੇ ਠੀਕ ਆ ਜੀ ਤਾਂ ਹੁਣ ਆਪਾਂ ਕਿਵੇਂ ਚੈੱਕ ਕਰਾਂਗੇ ਤਾਂ ਹੱਬ ਤੋਂ ਪਹਿਲਾਂ ਤੁਹਾਨੂੰ ਮੈਂ ਰਿਜੈਕਟ ਕੈਂਡੀਡੇਟਾਂ ਦੀ ਲਿਸਟ ਦਿਖਾ ਦਿੰਨਾ ਕਿਵੇਂ ਚੈੱਕ ਕਰੋਗੇ ਇਸ ਤੇ ਕਲਿੱਕ ਕਰਾਂਗੇ ਜੀ ਸਾਹਮਣੇ ਠੀਕ ਹੈ ਅਟੈਚਮੈਂਟ ਤੇ ਤਾਂ ਇਸ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਡਾਊਨਲੋਡ ਆਪਸ਼ਨ ਆਊਗਾ ਇਸ ਨੂੰ ਡਾਊਨਲੋਡ ਕਰ ਲੈਣਾ ਤੇ ਇੱਕ ਪੀਡੀਐਫ ਆਊ ਜਿਸ ਨੂੰ ਕਿਹਾ ਸੀ ਡਾਊਨਲੋਡ ਕਰ ਲਓ ਪੀਡੀਐਫ ਦੇ ਵਿੱਚ ਤੁਸੀਂ ਦੇਖੋਗੇ ਰਿਜੈਕਟ ਲਿਸਟ ਕੈਂਡੀਡੇਟ ਫਾਰ ਪੋਸਟ ਕਲਾਸ 4 ਠੀਕ ਤੁਹਾਡਾ ਨਾਮ ਫਾਦਰ ਨੇਮ ਡੇਟ ਆਵਰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਫਾਈਂਡ ਆਊਟ ਕਰ ਸਕਦੇ ਹੋਗੇ ਤੁਹਾਡਾ ਨਾਮ ਇਹਨਾਂ ਜਿੱਤਾ ਨਹੀਂ ਹੈਗਾ ਠੀਕ ਹੈ ਜੇਕਰ ਅਰੀਜ਼ਨ ਵੀ ਦੋਸਤੋ ਪਾਇਰੀ ਮਾਰਕ ਇਹ ਓਰੀਜਨ ਹੈ ਜੀ ਓਰੀਜਨ ਯਾਨੀ ਕਿ ਕੋਈ ਨਾ ਕੋਈ ਰਿਜ਼ਨ ਹੋਏਗਾ ਜਿਵੇਂ ਓਰੀਜਨ ਹੈ ਕੋਈ ਨਾ ਕੋਈ ਠੀਕ ਹੈ ਤੇ ਇਹਨਾਂ ਨੂੰ ਰਿਜੈਕਟ ਕੀਤਾ ਗਿਆ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਦੋਸਤੋ ਦੂਸਰੀ ਲਿਸਟ ਦੂਸਰੀ ਲਿਸਟ ਕੀ ਆ ਜੋ ਕਿ ਰੋਲ ਨੰਬਰ ਨੇ ਤੀਸਰੀ ਲਿਸਟ ਚ ਆਪਾਂ ਦੇਖਾਂਗੇ ਚਲੋ ਦੂਜੀ ਵੀ ਸੇਮ ਹੀ ਆ ਤੇ ਇਸ ਦੇ ਵਿੱਚ ਦੇਖਾਂਗੇ ਕਲਿੱਕ ਕਰਕੇ ਰੋਲ ਨੰਬਰ ਜੁਆਏ ਨੇ ਇਸ ਨੂੰ ਡਾਊਨਲੋਡ ਕਰ ਲਾਂਗੇ ਇਸ ਤਰ੍ਹਾਂ ਹੀ ਤਾਂ ਦੋਸਤੋ ਵੀਡੀਓ ਦੇਖ ਰਹੇ ਹੋ ਤੁਸੀਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੱਤੋ ਵਤ ਕਰਦਾ ਰਹੋ ਤਾਂ ਕਿ ਤੁਹਾਡੇ ਲਈ ਅਸੀਂ ਡੇਲੀ ਵੀਡੀਓ ਬਣਾ ਕੇ ਲੈ ਕੇ ਆਈਏ ਠੀਕ ਹੈ ਜੀ ਬਸ ਇੰਨੇ ਕੀ ਕੰਮ ਕਰ ਦੋਸਤੋ ਲਾਈਕ ਤੇ ਸ਼ੇਅਰ ਵੱਤੋ ਵਤ ਕਰਦਾ ਕਰੋ ਤਾਂ ਇਹ ਦੇਖੋਗੇ ਜੀ ਲਿਸਟ ਆਫ एलिजिਬਲ ਕੈਂਡੀਡੇਟ ਨੇ ਠੀਕ ਹੈ ਜੀ 22 ਦੋ ਜਨ ਕੀ ਦੀ ਇੰਟਰਵਿਊ ਅੱਜ ਹੋਣੀ ਹੈ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਆਪਣਾ ਫਾਇੰਡ ਕਰ ਸਕਦੇ ਹੋ ਰੋਲ ਨੰਬਰ ਜੀ ਨਾਮ ਫਾਦਰ ਨੇਮ ਡੇਟ ਆਫ ਬਰਥ ਕੈਟ ਕੁਆਲੀਫਿਕੇਸ਼ਨ ਕੀ ਸੀ ਤੇ ਕੈਟਗਰੀ ਇਸ ਤੋਂ ਤੁਸੀਂ ਫਾਇੰਡ ਆਊਟ ਕਰ ਸਕਦੇ ਹੋਗੇ ਠੀਕ ਹੈ ਜੀ ਇਹ ਜੀ ਪੀਐਨ ਦੀ ਉਸ ਤੋਂ ਬਾਅਦ ਗੱਲ ਕਰਾਂਗੇ ਪ੍ਰੋਸੈਸ ਸਰਵਰ ਦੀ ਸਾਰੀਆਂ ਲਿਸਟਾਂ ਤੁਸੀਂ ਇਸ ਤਰ੍ਹਾਂ ਫਾਈਟ ਆਊਟ ਕਰ ਸਕਦੇ ਹੋ ਠੀਕ ਹੈ ਜੀ ਦੋਸਤੋ ਤਾਂ ਇਸ ਤਰ੍ਹਾਂ ਕੀ ਸੀ ਜੋ ਫਰੋਰ ਕੋਡ ਜਿਹਨਾਂ ਨੇ ਤੁਸੀਂ ਅਪਲਾਈ ਕੀਤਾ ਹੋਇਆ ਜੀ ਠੀਕ ਹੈ ਉਹ ਪੋਸਟਾਂ ਦੀ ਜਾਣਕਾਰੀ ਹੁਣ ਤੁਸੀਂ ਦੇਖੋਗੇ ਇੰਟਰਵਿਊ ਵੀ ਸੁੰਦਾਸ ਦਿੰਨਾ ਦੋਸਤੋ ਇਹ ਜੋ ਪਰਫਾਰਮਾ ਆਇਆ ਸੀ ਨਾ ਹਾਂ ਅਸੀਂ ਇੰਟਰਵਿਊ ਆਇਆ ਸੁੰਦਾਸ ਦਿੰਨਾ ਹੁਣ ਐਪਲੀਕੇਸ਼ਨ ਫਾਰਮ ਤੇ ਅੱਪ ਜਾਣਾਗਾ ਜਿਸ ਨੂੰ ਡਾਊਨਲੋਡ ਕਰ ਲੈਣੇ ਆ ਠੀਕ ਹੈ ਇਸ ਨੂੰ ਵੀ ਡਾਊਨਲੋਡ ਕਰ ਲੈਣੇ ਆਪਾਂ ਨਾ ਦੇਖੋ ਜੀ ਬੰਤਸਨ ਦਾ ਦੋਸਤੋ ਚਿੰਦਰ부 ਵਾਲੀ ਦੱਸਿਆ ਗਿਆ ਸੀ ਇਹ ਸੀ ਜੀ ਜਿਨ੍ਹਾਂ ਦਾ ਨਾਮ A ਤੋਂ ਲੈ ਕੇ G ਦੇ ਵਿੱਚੋਂ ਦਾ ਕੈਂਡੀਡੇਟਾਂ ਦਾ ਉਹਨਾਂ ਦਾ ਇੰਟਰਵਿਊ ਹੋਣੀ ਹੈ 22/2/2022 ਨੂੰ ਯਾਨੀ ਕਿ ਅੱਜ ਉਹਨਾਂ ਦੀ ਇੰਟਰਵਿਊ ਹੋਣ ਜਾ ਰਹੀ ਹੈ ਜੀ ਉਸ ਤੋਂ ਬਾਅਦ ਦੋਸਤੋ ਜਿਨ੍ਹਾਂ ਦੀ ਨਾਮ ਹੈ ਕੈਂਡੀਡੇਟ ਦਾ H ਤੋਂ ਲੈ ਕੇ N ਦੇ ਵਿੱਚਕਾਰ ਠੀਕ ਹੈ ਜੀ ਅਲਫਾਬੈਟਿਕ ਤਾਂ ਉਹਨਾਂ ਦਾ ਇੰਟਰਵਿਊ ਹੋ ਜਾਣਾ ਹੈ 23/2/2022 ਯਾਨੀ ਕਿ ਕੱਲ ਨੂੰ ਹੋਣਾਗਾ ਤੇ ਉਸ ਤੋਂ ਬਾਅਦ ਗੱਲ ਕਰਦੇ ਨੈਕਸਟ ਜਿਹਨਾਂ ਦਾ ਨਾਮ ਹੈਗਾ O ਤੋਂ ਲੈ ਕੇ R ਦੇ ਵਿੱਚ ਉਹਨਾਂ ਦਾ ਇੰਟਰਵਿਊ ਹੋਣਾ 24/2/2022 ਨੂੰ ਦੋਸਤੋ ਬਾਰੇ ਗੱਲ ਕਰਾਂਗੇ ਨੈਕਸਟ ਕੈਂਡੀਡੇਟ ਜਿਨ੍ਹਾਂ ਦਾ ਨਾਮ ਅਲਫਾਬੈਟਿਕ ਕੈਟਾਗਰੀ ਦੇ ਵਿੱਚ ਐਸ ਤੋਂ ਲੈ ਕੇ ਜ਼ेड ਦੇ ਵਿੱਚ ਆਉਂਦਾ ਜੀ ਤਾਂ ਉਹਨਾਂ ਦਾ ਇੰਟਰਵਿਊ ਹੋਣਾ 25 ਤਾਂ ਦੋਸਤੋ ਤੁਸੀਂ ਆਪਣਾ ਇਸ ਤਰ੍ਹਾਂ ਕੀ ਰੋਲ ਨੰਬਰ ਫਾਈਂਡ ਆਊਟ ਕਰ ਸਕਦੇ ਹੋ ਤੁਹਾਡਾ ਰੋਲ ਨੰਬਰ ਕਿਸ ਕਿੰਨੇ ਦਿਨ ਦੇ ਵਿੱਚ ਆਉਂਦਾ ਕਿਸ ਕੈਟਾਗਰੀ ਦੇ ਵਿੱਚ ਆਉਂਦਾਗਾ ਤਾਂ ਦੋਸਤੋ ਮੇਰੇ ਵੱਲੋਂ ਤੁਹਾਨੂੰ ਵੈਸਟ ਆਫ ਲੱਕ ਤੁਸੀਂ ਆਪਣਾ ਇੰਟਰਵਿਊ ਸਕਸੈਸ ਹੋ ਨੌਕਰੀ ਲੈ ਲਓ ਦੋਸਤੋ ਕਿੰਨਾਂ ਨੇ ਵੀ ਕੈਂਡੀਡੇਟ ਅਪਲਾਈ ਕੀਤਾ ਹੋਏ ਨੀਚੇ ਕਮੈਂਟ ਕਰਕੇ ਕਮੈਂਟ ਦੱਸੋ ਕਿਸ ਪੋਸਟ ਲਈ ਅਪਲਾਈ ਕੀਤਾ ਹੋਏ ਦੋਸਤੋ ਕਿਸ ਡਿਸਟ੍ਰਿਕਟ ਤੋਂ ਤਾਂ ਜਰੂ ਠੀਕ ਹੈ ਕਿਨੇ ਕਿੰਨੇ ਨਵੇਂ ਬੰਦਲਾ ਪੋਸਟ ਅਪਲਾਈ ਕੀਤੀ ਹੈ ਦੋਸਤੋ ਤੁਹਾਡੀ ਕੋਈ ਇਨਕੁਆਰੀ ਹੈ ਕੋਈ ਸੁਝਾਅ ਆ ਨੀਚੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਅਪਲਾਈ ਕਰਾਂਗੇ ਦੋਸਤੋ ਜਰੂਰ ਕਰੋ ਤਾਂ ਦੋਸਤੋ ਇੰਟਰਵਿਊ ਚ ਜਾਣਾ ਇੰਟਰਵਿਊ ਚ ਜਾਣ ਲਈ ਦੋਸਤੋ ਸकता ਤੁਸੀਂ ਟਾਈਮ ਤੇ ਪਹੁੰਚ ਜਾਣਾ 10:00 ਵਜੇ ਇਹ ਵੀ ਤੁਹਾਨੂੰ ਦੱਸ ਦਾਂ ਤਾਂ ਆਪਣੇ ਰੀਜ਼ੂਮੇ ਨਾਲ ਡਾਕੂਮੈਂਟ ਨਾਲ ਲੈ ਕੇ ਜਾਣੇ ਨੇ ਆਪਣਾ ਉਹ ਰੋਲ ਨੰਬਰ ਸੀਦਾ ਤੁਸੀਂ ਪ੍ਰਿੰਟ ਆਊਟ ਕਰਵਾ ਲੈਣਾ ਜੀ ਉਸ ਤੋਂ ਬਾਅਦ ਤੁਸੀਂ ਠੀਕ ਹੈ ਉੱਥੇ ਤੁਹਾਡੇ ਜੇ ਤੁਸੀਂ ਜਾਓਗੇ ਮਤਲਬ ਇਹਨਾਂ ਦੇ ਕੋਰਟ ਦੇ ਵਿੱਚ ਠੀਕ ਹੈ ਜੀ ਤੁਹਾਡੇ ਸਾਹਮਣੇ ਉਥੇ ਲਿਸਟਾ ਲੱਗੀ ਹੋਣੀ ਲਿਸਟਾ ਫਾਈਂਡ ਆਊਟ ਕਰਕੇ ਜੋ ਵੀ ਤੁਹਾਡਾ ਰੂਮ ਵਗੈਰਾ ਹੋਗਾ ਉਥੇ ਤੁਸੀਂ ਇੰਟਰਵਿਊ ਤੇ ਚਲੇ ਜਾਣਾਗਾ ਠੀਕ ਹੈ ਜੀ ਤਾਂ ਉਸ ਤੋਂ ਤੁਹਾਡੇ ਸਵਾਲ ਵਗੈਰਾ ਜੋ ਵੀ ਹੁਣ ਕੋਈ ਜੀਕੇ ਵਗੈਰਾ ਜਾਂ ਕੁਛ ਇਸ ਤਰ੍ਹਾਂ ਦਾ ਠੀਕ ਹੈ ਦੋਸਤੋ ਪੁੱਛਣਗੇ ਤਾਂ ਪੂਰੀ ਅਫਵਾਦ ਤਿਆਰੀ ਦੇ ਨਾਲ ਜਾ ਦੋਸਤੋ ਬੈਸਟ ਆਫ ਲੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ